ਇੱਥੋਂ ਦੇਖਦਾ ਪੂਰੇ ਰਿਸ਼ੀਕੇਸ਼ ਦਾ ਵਿਊ ਦੇਖੋ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਮੇਰੇ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਹੋਪ ਸਾਰੇ ਵਧੀਆ ਹੋਵੇਗੇ। ਰਿਸ਼ੀਕੇਸ਼ ਤੋਂ 1 ਜਾਂ 2 ਕਿਲੋਮੀਟਰ ਦੇ ਸਫ਼ਰ ਤੈਅ ਕਰਕੇ ਇਹ ਪੈਂਦਾ ਆ ਮਿੰਨੀ ਗੋਆ। ਅੱਜ ਆਪਾਂ ਰਿਸ਼ੀਕੇਸ਼ ਅਤੇ ਮਿੰਨੀ ਗੋਆ ਲੋਕੇਸ਼ਨ ਨੂੰ ਐਕਸਪਲੋਰ ਕਰਾਂਗੇ ਅਤੇ ਤੁਹਾਨੂੰ ਉੱਥੋਂ ਦੇ ਸੋਹਣੇ ਸੋਹਣੇ ਵਿਊ ਦਿਖਾਵਾਂਗੇ। ਇੱਥੇ ਤੁਸੀਂ ਬਾਏ ਆਟੋ ਵੀ ਪਹੁੰਚ ਸਕਦੇ ਹਾਂ ਅਤੇ ਬਾਏ ਕਾਰ ਵੀ ਜਾ ਸਕਦੇ ਹਾਂ, ਪਰ ਇੱਥੇ ਮੇਨ ਚੀਜ਼ ਆ ਤੁਹਾਨੂੰ ਕਾਰ ਪਾਰਕਿੰਗ ਨਹੀਂ ਮਿਲੇਗੀ। ਤੁਸੀਂ ਆਪਣੇ ਰਿਸਕ 'ਤੇ ਕਾਰ ਪਾਰਕ ਕਰਕੇ ਇਸ ਜਗ੍ਹਾ 'ਤੇ ਥੱਲੇ ਜਾ ਸਕਦੇ ਹਾਂ। ਇਹਨੂੰ ਮਿੰਨੀ ਗੋਆ ਵੀ ਕਹਿ ਸਕਦੇ ਹਾਂ ਅਤੇ ਇਹ ਰਿਸ਼ੀਕੇਸ਼ ਤੋਂ ਬਾਹਰ ਵਾਲੀ ਸਾਈਡ ਆ, ਮਤਲਬ ਲਛਮਣ ਝੂਲੇ ਤੋਂ ਅਪਰੋਕਸੀਮੇਟ 1 ਕਿਲੋਮੀਟਰ ਦੂਰ ਹੈ। ਇਹ ਗੰਗਾ ਦੇ ਕਿਨਾਰੇ ਹੈਗੀ ਆ ਮਿੰਨੀ ਗੋਆ। ਇਸ ਜਗ੍ਹਾ ਨੂੰ ਮਿੰਨੀ ਗੋਆ ਇਸ ਲਈ ਕਹਿੰਦੇ ਆ, ਇੱਕ ਤਾਂ ਹੈਗਾ ਗੰਗਾ ਦਾ ਕਿਨਾਰਾ ਅਤੇ ਦੂਸਰਾ ਹੈਗਾ ਆ ਚਿੱਟੀ ਰੇਤਾ, ਆਹ ਦੇਖੋ, ਇਸ ਕਰਕੇ ਇਹਨੂੰ ਮਿੰਨੀ ਗੋਆ ਕਿਹਾ ਜਾਂਦਾ ਹੈ। ਬਾਕੀ ਪੱਥਰ ਹੈਗੇ ਆ, ਪੂਰੀ ਫੀਲਿੰਗ ਆਉਂਦੀ ਹੈ ਮਿੰਨੀ ਗੋਆ ਵਾਲੀ, ਅਤੇ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰ ਸਕਦੇ ਹਾਂ। ਅਤੇ ਗਰਮੀ ਇੰਨੀ ਜ਼ਿਆਦਾ ਨਾ, ਇੱਕ ਤਾਂ ਪਹਾੜੀ ਇਲਾਕਿਆਂ ਵਿੱਚ ਜਿਹੜੀ ਧੁੱਪ ਹੁੰਦੀ ਹੈ ਸਿੱਧੀ ਪੈਂਦੀ ਆ ਅਤੇ ਟੈਨ ਬਹੁਤ ਜਲਦੀ ਹੁੰਦੀ ਹੈ, ਇਸ ਲਈ ਸਨਸਕ੍ਰੀਮ ਵਗੈਰਾ ਜ਼ਰੂਰ ਲਾ ਕੇ ਆਓ। ਅਤੇ ਦੂਜਾ ਛਤਰੀ ਹੈਗੀ ਆ ਤਾਂ ਲੈ ਆਓ, ਜਿੱਦਾਂ ਭਾਈ ਨੇ ਲਈ ਆ, ਅਤੇ ਇਹ ਵਧੀਆ ਤਰੀਕਾ ਹੈ ਟੈਨ ਤੋਂ ਬਚਣ ਦਾ ਅਤੇ ਗਰਮੀ ਤੋਂ ਵੀ। ਹੁਣ ਆਪਾਂ ਪਵਿੱਤਰ ਗੰਗਾ ਨਦੀ ਦੇ ਅੰਦਰ ਚੱਲਦੇ ਹਾਂ। ਪਾਣੀ ਇੰਨਾ ਜ਼ਿਆਦਾ ਠਰਿਆ ਸੀ ਨਾ, ਆਪਾਂ ਮਿੰਟੋ ਮਿੰਟ ਹੀ ਬਾਹਰ ਆ ਗਏ, ਖੜ ਵੀ ਨਹੀਂ ਹੋ ਰਿਹਾ ਸੀ, ਇੰਨਾ ਜ਼ਿਆਦਾ ਪਾਣੀ ਠੰਡਾ ਸੀ। एक फ़ोटो खिंचाने के लिए ये अपनी जान पे खेल के अभी उस पत्थर तक जा रहा है ताकि फ़ोटो खिंचा सके। बड़ी मुश्किल से पहुंचा बेचारा, लेकिन मेहनत की रंग लाई। कृपया इसकी वीडियो को शेयर करें, उसकी मेहनत को रंग लाए। ऋषिकेश तो ये जगह दूर होने करके अक्सर लोग इतने इशनान करने भी आते तो अपने फैमिली ना इंजॉय भी करते हैं। देखो बच्चा कहता इशनान कर रहा बिच गंगा दे। ਇਹਨੂੰ ਇੱਦਾਂ ਲੱਗਦਾ ਜਿਵੇਂ ਇਹਦੀ ਫੋਟੋ ਖਿੱਚਦਾ ਹੁੰਦਾ। ਅਤੇ ਇੱਥੇ ਜਾ ਕੇ ਨਾ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਆ, ਦੇਖੋ ਇੱਥੇ, ਦੇਖੋ ਇਹ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਕਿੰਨੀ ਤੇਜ਼ ਆ। ਅਤੇ ਹੁਣ ਆਪਾਂ ਇਹਨੂੰ ਕ੍ਰੋਸ ਕਰਦੇ ਹਾਂ, ਇੱਥੋਂ ਕ੍ਰੋਸ ਕਰਕੇ ਆਪਾਂ ਉਧਰਲੀ ਸਾਈਡ ਜਾਣਾ, ਦੂਜੀ ਸਾਈਡ, ਦੇਖਦੇ ਹਾਂ ਕ੍ਰੋਸ ਕਰ ਪਾਉਂਦੇ ਹਾਂ ਕਿ ਨਹੀਂ। ਉਸ ਜਗ੍ਹਾ 'ਤੇ ਪਾਣੀ ਦਾ ਰਫ਼ਤਾਰ ਬਹੁਤ ਤੇਜ਼ ਸੀ, ਇਸ ਲਈ ਕ੍ਰੋਸ ਨਹੀਂ ਕੀਤਾ। ਹੁਣ ਇੱਥੋਂ ਨਹੀਂ ਕਰਦੇ ਹਾਂ ਕ੍ਰੋਸ, ਧਿਆਨ ਨਾਲ ਪੈਰ ਰੱਖਣਾ ਪੈਣਾ, ਕਿਉਂਕਿ ਇੱਕ ਵਾਰ ਵੀ ਪੈਰ ਤਿਲਕਿਆ ਅਤੇ ਜਾ ਸਕਦੇ ਤੁਸੀਂ ਅੰਦਰ, ਇਸ ਲਈ ਵੀ ਕੇਅਰਫੁੱਲ ਹੋ ਕੇ। ਫਿਸਲਣ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਫਿਸਲਣ ਆ, ਤੁਸੀਂ ਆਰਾਮ ਨਾਲ ਜੇ ਕ੍ਰੋਸ ਕਰਨੀ ਹੈ ਤਾਂ ਆਰਾਮ ਨਾਲ ਕਰੋ। ਬਹੁਤ ਜ਼ਿਆਦਾ ਮਿਸਟਰ, ਤੁਸੀਂ ਦੇਖੋ ਪੈਂਟ ਪੂਰੀ ਭਿੱਜ ਗਈ ਆ, ਫਿਰ ਵੀ ਚਲੋ ਕਰਦੇ ਆ ਕ੍ਰੋਸ। ਅਤੇ ਚਲੋ ਜੀ ਫਾਈਨਲੀ ਕ੍ਰੋਸ ਕਰਕੇ ਆਪਾਂ ਬਿਲਕੁਲ ਨਦੀ ਦੇ ਐਂਡਲੇ ਪਾਸੇ ਆ ਚੁੱਕੇ ਹਾਂ। ਅਤੇ ਆਪਾਂ ਕ੍ਰੋਸ ਕਰਕੇ ਬਿਲਕੁਲ ਵਿਚਕਾਰ ਆ ਚੁੱਕੇ ਹਾਂ ਨਦੀ ਦੇ, ਦੇਖੋ ਤੁਸੀਂ ਇੱਧਰ ਵੀ ਨਦੀ ਆ ਅਤੇ ਇੱਧਰਲੇ ਪਾਸੇ ਵੀ ਨਦੀ ਆ, ਅਤੇ
हम बिल्कुल विचकार आ चुके हैं, तो हम आप चलते हैं फिर उधर थोड़ा इंजॉय। हवा बहुत ज्यादा सोहनी चल रही है, बहुत मजा आ रहा, काफी मजा आ रहा इतने। दिल करता बस बैठे रहिए बैठे रहिए, मौसम इन्ना सोहना, उधर पानी है बर्फ वाला पानी, ओ पैर रख के तुम इंजॉय करो दुनिया के नजारे लो जिंदगी दे। राफ्टिंग भी करनी सी पर रश ज्यादा होने करके वारी नहीं आ रही, क्योंकि छे छे घंटे लग जाते वारी आने, असं नहीं चाहते भी असं छे घंटे इतने वेस्ट करिए, पर कोई नहीं नैक्सट टाइम जो आए तो जरूर आप राफ्टिंग करांगे। तो राफ्टिंग भी रह गया, बंजी जंपिंग भी रह गया, बाकी तुम देखे भी रश इन्ना ज्यादा सी तो गड्डी कितने एक तो दूजी जगह ले आना बहुत औखा सी, इसलिए साढ़े को दोनों चीजा नहीं हुई। कोई नहीं फिर कित आवे इन्ह दो चीजा जरूर इंजॉय करके जावे। इदा पता क्यों किया, क्योंकि हम जराबा पानी जो थले रखे ना मिट्टी ना पैर गंदे हो जाने, इस करके आइडिया लभ्या वा भी पैर साफ रहन, इस महान बंदे ने आइडिया लभ्या पर पूरा बेकार टट्टी। इतो देखता तुम पूरे ऋषिकेश का व्यू देखो तुम कि सोहना है ऋषिकेश, ये हैगा या राइट साइड जिथे हैगा लक्ष्मण झूला, तो आज तुम दूजी साइड भी दिखाने, ये हैगी दूजी साइड धुप का करके थोड़ा इन्ना क्लीयर नहीं दिखता, पर यह है राम झूले वाली साइड देखो गंगा नदी, ये आश्रम से पर किस्मत नहीं सी अंदर एंटर क्योंकि क्लोज हो चुका है टाइम, पांच तो उपर आ पांच बजे तक ये आश्रम आ। तो ये बारे थोड़ी बेसिक जानकारी दे देना तहू, ओदा नाम हैगा चौरासी कुटिया राजा जी टाइगर रिजर्व, तो ये इनफोरमेशन ये टाइमिंग हैगी चार 10 to 4 तो 150 रुपया पर परसन इंडियन की हैगी सिटीजन की, 75 स्टूडेंट की 40 तो स्टूडेंट अबाउ 18 to 75 तो जेडे बहरले विदेशी उन्होंने लिए हैगी 600। चलो किस्मत नहीं फेक दी आए जरूर इतने दिखावे तुम अंदर, पर टाइमिंग तुम दसती है इन्ने बजे तुम देखना है तो 4:10 to 4 के बीच देख सकते हैं। हम चलते हैं जी अगे फिर गंगा नदी के कंडे, देखो हर चीज़ इतने गंगा किनारे बनी हुई है, जड़ा ये आश्रम सी ये भी देख लो गंगा किनारे ही आश्रम ही है बैक साइड, जड़ा एक गंगा सेतु ना जड़ा ब्रिज आ देखो गंगा सेतु ब्रिज वो तो थोड़ा जा बस लैफ्ट आ लैफ्ट साइड तुसी आके 10 to 4 अपने आश्रम बहुत सोहना बनया सी। चलो किस्मत च नहीं सी साड़ी किस्मत च नहीं सी इस आश्रम दे अंदरों देखना, तो चलो कोई ना तुहानू भी नहीं दिखा सके, चलो फिर कभी आवांगे फिर जरूर तुहानू दिखा के ले जावांगे आश्रम। होप तुहानू अज दी लोकेशन मिनी गोवा वधिया लगी होगी, जे वधिया लगी चैनल नू सबसक्राइब लाइक शेयर अते कमेंट कर देना, तो मिलते हैं आप एक नवे ब्लॉग्स। थैंक्स फॉर